ਅਸਲਾਮ ਅਲੈਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਖੁਰੇਸਾ ਸੰਤਾਲੀ ਦੇ ਖਾਲਸਾ ਰਾਜ ਫੁੱਟ ਸਟੈਪਸ ਇਨ ਪਾਕਿਸਤਾਨ ਔਰ ਸੇਵ ਹਿਸਟੋਰੀਕਲ ਪਲੇਸਿਸ ਆਫ ਪਾਕਿਸਤਾਨ ਤਮਾਮ ਸਰਵਿਸਿਸ ਨੂੰ ਲੈ ਕੇ ਮੈਂ ਹਾਜ਼ਰ ਹੋਇਆ ਵਾਂ ਪਿੰਡ ਨੀਲਾ ਦੇ ਅੰਦਰ, ਨੀਲਾ ਦੁੱਲਾ ਤਹਿਸੀਲ ਚਕਵਾਲ, ਡਿਸਟ੍ਰਿਕਟ ਵੀ ਹੁਣ ਚਕਵਾਲ ਹੈ ਇਹਦਾ, ਅਤੇ ਚਕਵਾਲੀਅਨਸ ਜਿਹੜੇ ਨੇ ਉਹਨਾਂ ਨੇ ਦੁਨੀਆ ਦੇ ਉੱਤੇ ਬੜਾ ਆਪਣਾ ਨਾਮ ਰੋਸ਼ਨ ਕੀਤਾ ਔਰ ਮੈਂ ਕਹਾਂਗਾ ਕਿ ਮੈਨੂੰ ਬੜਾ ਫਖਰ ਮਹਿਸੂਸ ਹੋ ਰਿਹਾ ਕਿ ਮੈਂ ਉਸ ਧਰਤੀ 'ਤੇ ਆਇਆ ਹਾਂ, ਉਸ ਜਗ੍ਹਾ ਦੇ ਉੱਤੇ ਆਇਆ ਹਾਂ ਕਿ ਜਿੰਨੇ ਜਿਸ ਧਰਤੀ ਨੇ ਪਾਕਿਸਤਾਨ ਆਰਮੀ ਨੂੰ ਬਹੁਤ ਜ਼ਿਆਦਾ ਸਾਰੇ ਜਰਨੈਲ, ਕਰਨੈਲ, ਬ੍ਰਿਗੇਡੀਅਰਸ ਜਿਹੜੇ ਨੇ ਉਹ ਪ੍ਰੋਵਾਈਡ ਕੀਤੇ ਨੇ, ਨਾ ਸਿਰਫ ਪਾਕਿਸਤਾਨ ਨੂੰ, ਅਗਰ ਤੁਸੀਂ ਦੇਖੋ ਤਾਂ ਇੰਡੀਅਨ PM ਜਿਹੜੇ ਨੇ ਇੱਥੋਂ ਨਜ਼ਦੀਕ ਹੀ ਬੇਗਾਲ ਜਿਹੜਾ ਪਿੰਡ ਹੈ ਉੱਥੇ ਦੇ ਨੇ, ਫਿਰ ਉਸ ਤੋਂ ਬਾਅਦ ਸਵਾਹਨੀ ਫੈਮਿਲੀ, ਆਨੰਦ ਫੈਮਿਲੀ, ਖੁਖਰੈਨ ਜਿਹੜੇ ਨੇ, ਯਾਨੀ ਕਿ ਉਹ ਬੁਰਾਏ ਕਹਿ ਲਵੋ ਤੁਸੀਂ, ਜਾਂ ਤੁਸੀਂ ਉਹਨਾਂ ਦੇ ਮੇਨ ਕਲੇਨਸ ਜਿਹੜੀਆਂ ਨੇ, ਆਨੰਦ, ਫਿਰ ਉਸ ਤੋਂ ਬਾਅਦ ਸਵਾਨੀ ਚੰਦੋਕ, ਚੱਡੇ ਔਰ ਸੂਰੀ, ਇਹ ਸਾਰੇ ਜਿੰਨੇ ਸਨ ਉਹ ਇਹਨਾਂ ਇਲਾਕਿਆਂ 'ਚੋਂ ਹੀ ਉੱਠ ਕੇ ਗਏ ਨੇ। ਇਹ ਪਿੱਛੇ ਤੁਹਾਨੂੰ ਨਜ਼ਰ ਆਉਣ ਵਾਲਾ ਜਿਹੜਾ ਮੰਦਿਰ ਹੈ, ਤੁਸੀਂ ਦੇਖ ਸਕਦੇ ਹੋ ਕਿ ਇਹ ਮੰਦਿਰ ਜਿਹੜਾ ਖੁਖਰੈਣਾ ਦਾ ਹੱਥ ਦਾ ਬਣਿਆ ਹੋਇਆ ਇਹ ਮੰਦਿਰ ਹੈ, ਯਾਨੀ ਕਿ ਖੱਤਰੀਆਂ ਦਾ ਬਣਾਇਆ ਹੋਇਆ ਮੰਦਿਰ ਹੈ। ਔਰ ਚੰਦੋਕ ਜਿਹੜੇ ਚੱਡੇ ਜਿਹੜੇ ਨੇ ਆਪਣੇ ਆਪ ਨੂੰ, ਕੁਛ ਲੋਕ ਚੰਡੋਕ ਕਹਿਲਾ ਰਹੇ ਨੇ, ਔਰ ਇਹ ਫੈਮਿਲੀ ਸਾਰੀ ਹੁਣ ਜਿਹੜੀ ਹੈ USA ਬੈਠੀ ਹੋਈ ਹੈ, ਜਿਨ੍ਹਾਂ ਨੇ ਪ੍ਰੀ ਪਾਰਟੀਸ਼ਨ ਫੋਰ ਫਾਦਰਸ ਇਹ ਮੰਦਿਰ ਬਣਾ ਰਹੇ ਸਨ, ਅਤੇ 47 ਆ ਗਈ ਔਰ ਇਹ ਮੰਦਿਰ ਪੂਰਾ ਮੁਕੰਮਲ ਤੌਰ 'ਤੇ ਆਬਾਦ ਨਹੀਂ ਹੋ ਸਕਿਆ। ਜੀ, ਮੈਂ ਗੱਲ ਕਰ ਰਿਹਾ ਵਾਂ, ਮੈਲਬਨ ਲਈ ਆਇਆ ਸੀ ਇਨ ਸਿਸਟਰਸ ਵਿਲੇਜ ਆਫ ਨੀਲ ਚੰਦੋਕ ਔਰ ਸ਼ਾਮ ਸਿੰਘ ਚੰਦੋਕ, ਉਹਨਾਂ ਦੇ ਫੋਰ ਫਾਦਰਸ ਪੰਮੀ ਸ਼ਾਹ ਹੋਰਾਂ ਦੇ ਹੱਥੋਂ ਇਹ ਬਣਵਾਇਆ ਗਿਆ ਜਿਹੜਾ ਮੰਦਿਰ ਸੀ, ਇਹ ਉਹਦੀ ਸੇਵਾ ਹੈ। ਇਹ ਲੱਕੜੀ ਉਸ ਵੇਲੇ ਦੀ ਲੱਗੀ ਹੋਈ ਹੈ ਕਿਉਂਕਿ ਹਲੇ ਤੱਕ ਇਹਦੀ ਫਿਨਿਸ਼ਿੰਗ ਨਹੀਂ ਸੀ ਹੋਈ, ਨਾ ਹੀ ਇਹਦੇ ਪਲਾਸਟਰ ਚੜਿਆ ਸੀ, ਕੱਚੂ ਨਾ ਗਰੀਬੀ ਨਹੀਂ ਸੀ ਹੋਈ ਔਰ 47 ਆ ਗਿਆ ਸੀ। ਆਓ ਤੁਹਾਨੂੰ ਥੋੜ੍ਹਾ ਜਿਹਾ ਨਾ ਨਜ਼ਦੀਕ ਤੋਂ ਇਹਦੇ ਦਰਸ਼ਨ ਕਰਵਾਉਣੇ ਆ। ਦੋ ਮੰਜ਼ਿਲਾ ਮੰਦਿਰ, ਚੰਦੋਕ ਫੈਮਿਲੀ ਜਿਹੜੀ ਹੈ, ਨੀਲ ਚੰਦੋਕ ਔਰ ਸ਼ਾਮ ਸਿੰਘ ਚੰਦੋਕ ਜਿਹੜੇ ਗ੍ਰੇਟ ਗ੍ਰੈਂਡ ਫਾਦਰ ਪੰਮੀ ਸ਼ਾਹ ਔਰ ਜਗਦੇਸ਼ ਚੰਦੋਕ ਜਿਹੜੇ ਕਿ ਇੱਥੇ ਦੇ ਸਾਹੂਕਾਰ ਸਨ, ਇਹ ਉਹਨਾਂ ਦੇ ਹੱਥ ਦੀ ਸੇਵਾ ਹੈ। ਮੂਰਤੀ ਸਥਾਨ ਤੱਕ ਪੂਰਾ ਨਹੀਂ ਸੀ ਬਣਿਆ ਹਲੇ ਇਸ ਵਾਸਤੇ ਕਿਉਂਕਿ ਇਹ ਮੰਦਿਰ ਬਣਨ ਤੋਂ ਪਹਿਲੇ ਹੀ ਵੰਡ ਹੋ ਗਈ ਸੀ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਮੰਦਿਰ ਆਫ ਨੀਲਾ, ਨੀਲਾ ਦੁੱਲਾ ਮੁੰਡੇ ਮਰਲ ਮਾੜੀ ਗਾ ਬੈਗਲ ਰੋਪਾਲ ਇਹ ਸਾਰਾ ਇਸ ਏਰੀਏ ਦੇ ਵਿੱਚ ਹੀ ਹੈ। Keep watch and share Save Gurdwaras and Temples of Pakistan, Save Historical Places of Pakistan and Khalsa Raj Footsteps in Pakistan. And I am your host, Babaji.